ਭਗਵਾਨ ਸ਼ਿਵ ਦਾ ਅਤੀ ਪ੍ਰਿਯ ਮਹੀਨਾ ਹੈ ਸਾਵਨ ਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ਕਾਂ ਨੂੰ ਸੂਬੇ 'ਚ ਵਾਪਸ ਲਿਆਂਦਾ ਹੈ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਹੁਣ ਤੱਕ ਲਗਭਗ 74,447 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਆਇਆ। ਇਸ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ ਗਏ ਨੇ। ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ। ਮੇਰਾ ਨਾਮ ਤੁਸ਼ਾਰ ਜੈਨ ਹੈ, ਮੈਂ ਬਸੰਤ ਆਟੋਟੈਕ LLP ਦਾ CEO ਹਾਂ ਅਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਡੂ ਸਿੰਘੇ ਦੇ ਵਿੱਚ ਆਪਣਾ ਇਹ ਨਵਾਂ ਪਲਾਂਟ ਲਗਾਇਆ। ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਉਣੀ ਅਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ, ਨਾ ਕਿਸੇ ਦਫ਼ਤਰ ਦੇ ਵਿੱਚ ਧੱਕੇ ਖਾਣੇ ਪਏ। ਸਗੋਂ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ DMDIC ਦੇ ਕੋਲੋਂ ਹੋਈ ਔਰ ਅਸੀਂ ਔਨਲਾਈਨ ਆਪਣੀ ਕੋਮਨ ਐਪਲੀਕੇਸ਼ਨ ਫੋਰਮ ਆਪ ਫਿਲ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਟ੍ਰਾਂਸਪੇਰੈਂਸੀ ਵੱਧ ਗਈ ਅਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਹੀਂ ਖਰਾਬ ਕਰਨੇ ਪੈਂਦੇ। ਮਹੀਨਾ ਔਰ ਸਾਵਨ ਦੇ ਮਹੀਨੇ ਵਿੱਚ ਭਗਵਾਨ ਸ਼ੰਕਰ ਦੀ ਪੂਜਾ ਦਾ ਬਹੁਤ ਵੱਡਾ ਫਲ ਮਿਲਦਾ ਹੈ। ਆਖਿਆ ਜਾਂਦਾ ਹੈ ਪੂਰਾ ਸਾਲ ਭਗਵਾਨ ਸ਼ੰਕਰ ਦੀ ਪੂਜਾ ਦਾ ਫਲ ਜਿਹੜਾ ਇਸ ਸਾਵਨ ਦੇ ਇੱਕ ਮਹੀਨੇ ਅੰਦਰ ਹੀ ਮਿਲ ਜਾਂਦਾ ਹੈ। ਇਸ ਕਰਕੇ ਸ਼ਿਵ ਭਗਤ ਸਾਵਨ ਦੇ ਮਹੀਨੇ ਵਿੱਚ ਭਗਵਾਨ ਸ਼ੰਕਰ ਨੂੰ ਜਲ ਅਭਿਸ਼ੇਕ ਕਰਦੇ ਨੇ, ਨਾਲ ਨਾਲ ਬੇਲ ਪੱਤਰ ਅਤੇ ਹੋਰ ਪੂਜਾ ਸਮੱਗਰੀ ਇੱਥੇ ਚੜ੍ਹਾਉਣ ਵਾਸਤੇ ਪਹੁੰਚੇ ਹੋਏ ਨੇ। ਤੁਹਾਨੂੰ ਸ਼ਿਵਾਲਾ ਭਾਗ ਪਾਈਆਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਜਿੱਥੇ ਕਿ ਹਜ਼ਾਰਾਂ ਸ਼ਿਵ ਭਗਤ ਸਵੇਰ ਤੋਂ ਹੀ ਇੱਥੇ ਲਾਈਨਾਂ ਵਿੱਚ ਖੜ੍ਹੇ ਨੇ ਭਗਵਾਨ ਸ਼ਿਵ ਨੂੰ ਜਲ ਅਭਿਸ਼ੇਕ ਕਰਨ ਵਾਸਤੇ। ਔਰ ਇਹ ਉਹ ਮਹੀਨਾ ਹੈ ਜਿਸ ਮਹੀਨੇ ਵਿੱਚ ਭਗਵਾਨ ਸ਼ੰਕਰ ਬਹੁਤ ਪ੍ਰਸੰਨ ਹੁੰਦੇ ਨੇ ਆਪਣੇ ਭਗਤਾਂ ਦੀ ਭਗਤੀ ਤੋਂ, ਔਰ ਬਹੁਤ ਸਾਰੇ ਲੋਕ ਸੋਮਵਾਰ ਦਾ ਵਰਤ ਵੀ ਰੱਖਦੇ ਨੇ ਭਗਵਾਨ ਸ਼ਿਵ ਦੀ ਕਿਰਪਾ ਪਾਉਣ ਵਾਸਤੇ। ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਲੰਬੀਆਂ ਕਤਾਰਾਂ ਸਵੇਰ ਤੋਂ ਹੀ ਲੱਗੀਆਂ ਹੋਈਆਂ ਨੇ। ਭਗਵਾਨ ਭੋਲੇ ਬਾਬਾ ਦੀ ਪਿੰਡੀ ਨੂੰ ਜਲ ਚੜ੍ਹਾਉਣ ਵਾਸਤੇ ਲੋਕ ਜਿਹੜੇ ਨੇ ਇੱਥੇ ਲਾਈਨਾਂ ਵਿੱਚ ਮੌਜੂਦ ਨੇ। ਔਰ ਹਰ ਸੋਮਵਾਰ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਨੇ ਜਿਹੜੇ ਨੇ ਉਹ ਭਗਵਾਨ ਭੋਲੇ ਬਾਬਾ ਦਾ ਆਸ਼ੀਰਵਾਦ ਲੈਣ ਵਾਸਤੇ ਮੰਦਰਾਂ ਵਿੱਚ ਸ਼ਿਵਾਲਿਆਂ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ। ਮਹੀਨੇ ਵਿੱਚ ਸਮੁੰਦਰ ਮੰਥਨ ਹੋਇਆ ਸੀ ਔਰ ਭਗਵਾਨ ਸ਼ਿਵ ਨੇ ਹਲ ਹਲ ਵਿਸ਼ ਦਾ
ਪਾਨ ਕੀਤਾ ਸੀ। ਇਸ ਹਲਾਲ ਵਿਸ਼ ਦੇ ਪਾਨ ਨਾਲ ਉਭਰੀ ਅਗਨੀ ਨੂੰ ਸ਼ਾਂਤ ਕਰਨ ਵਾਸਤੇ ਭਗਤ ਇਸ ਮਹੀਨੇ ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਦੇ ਨੇ। ਔਰ ਇਹੀ ਮਾਨਤਾ ਹੈ ਪੂਰੇ ਸਾਲ ਭਗਵਾਨ ਸ਼ਿਵ ਦੀ ਪੂਜਾ ਕਰਕੇ ਜੋ ਫਲ ਮਿਲਦਾ ਹੈ ਉਹ ਸਿਰਫ ਸਾਵਣ ਦੇ ਮਹੀਨੇ ਵਿੱਚ ਹੀ ਪੂਜਾ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਸਾਵਣ ਦੇ ਮਹੀਨੇ ਦੇ ਦੌਰਾਨ ਸ਼ਿਵ ਭਗਤ ਨੇ ਇੱਥੇ ਭਗਵਾਨ ਸ਼ਿਵ ਦੀ ਆਰਾਧਨਾ ਕਰਨ ਵਾਸਤੇ ਪਹੁੰਚੇ ਹੋਏ ਨੇ। ਪਿੰਡੀ ਅਤੇ ਜਲ ਅਭਿਸ਼ੇਕ ਬੇਲ ਪੱਤਰੀ ਆਦਿ ਪੂਜਾ ਸਮੱਗਰੀ ਜਿਹੜੀ ਉਹ ਚੜ੍ਹਾਉਣ ਵਾਸਤੇ ਇੱਥੇ ਸ਼ਿਵ ਭਗਤ ਪਹੁੰਚੇ ਹੋਏ ਨੇ। ਤਾਂ ਬਹੁਤ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਇੱਥੇ ਪਹੁੰਚੇ ਹੋਏ ਨੇ। ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈ ਔਰ ਭਗਵਾਨ ਸ਼ਿਵ ਨੂੰ ਜਲ ਅਭਿਸ਼ੇਕ ਕਰ ਰਹੇ ਨੇ। ਭਾਅ ਜੀ, ਸਾਵਣ ਮਹੀਨੇ ਦਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਗਿਆ, ਕੀ ਕਹਿਣਾ? ਮੈਂ ਸਭ ਤੋਂ ਪਹਿਲਾਂ ਤੁਹਾਡੇ ਦੈਨਿਕ ਸਵੇਰਾ ਚੈਨਲ ਦੇ ਮਾਧਿਅਮ ਦੇ ਰਾਹੀਂ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਸ਼ਰਾਵਣ ਮਾਸ ਦੇ ਪਹਿਲੇ ਸੋਮਵਾਰ ਦੀ ਹਾਰਦਿਕ ਸ਼ੁਭਕਾਮਨਾ ਦਿੰਦਾ। ਮੈਂ ਭਗਵਾਨ ਸ਼ੰਕਰ ਅੱਗੇ ਇਹੀ ਅਰਦਾਸ ਕਰਦਾ ਕਿ ਸਾਰੇ ਦੇਸ਼ ਵਾਸੀਆਂ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਸੁੱਖ ਸਮਰੱਧੀ ਇੱਥੇ ਲਿਆਈ ਰੱਖਣ। ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ, ਭਗਤਜਨ ਪਹੁੰਚੇ ਹੋਏ ਨੇ, ਕੀ ਕਹਿਣਾ ਜੀ? ਕਹਿੰਦੇ ਸਾਵਣ ਦਾ ਮਹੀਨਾ ਭਗਵਾਨ ਸ਼ੰਕਰ ਨੂੰ ਬਹੁਤ ਪ੍ਰਿਯ ਹੈ। ਵੈਸੇ ਹੀ ਸ਼ੰਕਰ ਭਗਵਾਨ ਨੇ ਆਪਣੀ ਸ੍ਰਿਸ਼ਟੀ ਰਚੀ ਹੈ। ਭਗਵਾਨ ਸ਼ਿਵ ਆਪਣੇ ਆਪ 'ਚ ਸਾਰਿਆਂ ਦੀ ਆਸਥਾ ਦਾ ਸਵਰੂਪ ਹੈ। ਆਪਣੇ ਆਪਣੀ ਮਨੋਕਾਮਨਾ ਮੰਗਣ ਲਈ ਇਹ ਸ਼ਰਾਵਣ ਦਾ ਸਵਰੂਪ ਕਰਨ ਆਉਂਦੇ ਹੈ। ਮੈਂ ਜਿਹੜੇ ਭਗਤ ਜਨ ਇੱਥੇ ਆਪਣਾ ਮੱਥਾ ਟੇਕਣ ਆਏ ਨੇ ਉਹਨਾਂ ਦੀ ਮਨੋਕਾਮਨਾ ਪੂਰੀ ਹੋਣ ਮੈਂ ਭਗਵਾਨ ਸ਼ੰਕਰ ਅੱਗੇ ਇਹੀ ਆਸ ਰੱਖਦਾ। ਜੈ ਬੋਲੇ ਬਾਬਾ ਜੀ। ਜੈ ਬੋਲੇ ਬਾਬਾ ਜੀ। ਕੀ ਕਹਿਣਾ ਜੀ, ਅੱਜ ਸੋਮਵਾਰ ਹੈ, ਸਾਵਣ ਦਾ ਮਹੀਨਾ ਆ, ਅਤੇ ਕੀ ਕਹਿਣਾ ਜੀ? ਬੋਲੇ ਬਾਬਾ ਜੀ, ਸਾਰਿਆਂ 'ਤੇ ਕਿਰਪਾ ਹੋਏ, ਸਾਰੇ ਸ਼ਿਵਾਲੇ ਇੱਥੇ ਮੱਥਾ ਟੇਕਣ ਆਏ ਨੇ। ਬੋਲੇ ਬਾਬਾ ਜੀ, ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨ। ਜੈ ਬੋਲੋ। ਸਾਵਣ ਦਾ ਪਹਿਲਾ ਸੋਮਵਾਰ ਹੈ ਜੀ, ਕਹਿੰਦੇ ਭਗਵਾਨ ਸ਼ਿਵ ਦੀ ਜਿਹੜੀ ਇੱਥੇ ਆਰਾਧਨਾ ਇਸ ਮਹੀਨੇ ਵਿੱਚ ਕੀਤੀ ਜਾਵੇ ਤਾਂ ਬਹੁਤ ਵੱਡਾ ਫਲ ਮਿਲਦਾ। ਬਿਲਕੁਲ ਜੀ, ਸਾਵਣ ਦਾ ਜਿਹੜਾ ਅੱਜ ਪਹਿਲਾ ਸੋਮਵਾਰ ਹੈ ਔਰ ਸ਼ਿਵਾਲਾ ਭਾਈਆਂ ਸਭ ਤੋਂ ਪੁਰਾਤਨ ਮੰਦਿਰ ਹੈ ਔਰ ਦੇਖੋ ਕਿਸ ਤਰ੍ਹਾਂ ਜਜ਼ਬਾ ਸਾਰਾ, ਕਿਉਂਕਿ ਹਰ ਕੋਈ ਆਪਣੀ ਮਨੋਕਾਮਨਾ ਵਾਸਤੇ ਭੋਲੇ ਬਾਬਾ ਦੇ ਅੱਗੇ ਇੱਥੇ ਆ ਕੇ ਜਲ ਚੜ੍ਹਾਉਣ ਵਾਸਤੇ ਆ ਰਿਹਾ ਹੈ ਔਰ ਹੁਣੇ ਪੂਜਾ ਹੋ ਰਹੀ ਸੀਗੀ ਔਰ ਸਾਰੇ ਜਾਣੇ ਬਾਅਦ ਚੜ੍ਹ ਕੇ ਇੱਥੇ ਆਉਂਦੇ ਨੇ ਕਿਉਂਕਿ ਭੋਲੇ ਬਾਬਾ ਹਰੇਕ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਦਾ ਮਹੀਨਾ ਚੱਲ ਰਿਹਾ, ਸੰਕ੍ਰਾਂਤੀ ਹੋ ਚੁੱਕੀ ਹੈ, ਪੂਰਨਮਾਸ਼ੀ ਤੋਂ ਬਾਅਦ ਅੱਜ ਪਹਿਲਾ ਸੋਮਵਾਰ ਠਾਕੁਰ ਜੀ ਦਾ ਸੋਮਵਾਰ ਸਾਵਣ ਦਾ, ਅੱਜ ਭੋਲੇ ਬਾਬਾ ਦਾ ਰੁਦਰਾਭਿਸ਼ੇਕ ਹੋ ਰਿਹਾ। ਮੰਗਲਵਾਰ ਤੋਂ ਸ਼ੁਰੂ ਹੋਇਆ ਸੀ, ਸੰਕ੍ਰਾਂਤੀ ਤੋਂ ਸਵੇਰੇ 6:30 ਵਜੇ ਆਰਤੀ ਤੋਂ ਬਾਅਦ ਰੁਦਰਾਭਿਸ਼ੇਕ ਹੁੰਦਾ ਹੈ, ਜਿਹਦੇ ਵਿੱਚ ਗਣਪਤੀ ਬਾਬਾ, ਅੰਬਿਕਾ, ਨੰਦੀਸ਼ਵਰ, ਵੀਰਭੱਦਰ, ਕਾਰਤਿਕੇ, ਕੁਬੇਰ ਦੇਵਤਾ, ਸਰਵ ਭਗਵਾਨ ਭੋਲੇ ਬਾਬਾ ਦੀ ਪੂਜਾ ਕਰਕੇ ਉਹਨਾਂ ਨੂੰ ਆਸਨ, ਉਹਨਾਂ ਨੂੰ ਵਸਤਰ, ਉਹਨਾਂ ਨੂੰ ਪ੍ਰਸ਼ਾਦ ਵਗੈਰਾ ਭੋਗ ਲਗਾ ਕੇ ਫਿਰ ਭੋਲੇ ਬਾਬਾ ਦਾ ਰੁਦਰਾਭਿਸ਼ੇਕ ਕੀਤਾ ਜਾਂਦਾ ਹੈ, ਜਿਹੜਾ ਕਿ ਦੁੱਧ ਦਹੀਂ ਘਿਓ ਸ਼ਹਿਦ ਸ਼ੱਕਰ ਪੰਚਨਾਮਦ ਸਭ ਫਲਾਂ ਦੇ ਜੂਸਾਂ ਦੇ ਨਾਲ ਠਾਕੁਰ ਜੀ ਦਾ ਅਭਿਸ਼ੇਕ ਹੁੰਦਾ ਹੈ। ਫਿਰ ਉਸ ਤੋਂ ਬਾਅਦ ਸਰੰਗੀ ਦੇ ਦੁਆਰਾ ਦੁੱਧ ਅਭਿਸ਼ੇਕ ਚੱਲਦਾ ਹੈ। ਉਹ ਰੁਦਰਾਭਿਸ਼ੇਕ ਸਾਡੇ ਪੰਜ ਸ਼ਾਸਤਰੀ ਸ਼ਿਵਾਲੇ ਦੇ ਕਨਈਆ ਜੀ, ਜਗਦੀਸ਼ ਜੀ, ਨਿਰਭੈ ਜੀ ਸਭ ਰਲ ਕੇ ਕਰਦੇ ਨੇ, ਜਗਦੀਸ਼ ਜੀ ਇਹ ਸਭ ਕਰਕੇ ਉਸ ਤੋਂ ਬਾਅਦ ਉਤਰਾ ਪੂਜਨ ਹੋ ਕੇ ਅਤੇ ਭੋਲੇ ਬਾਬਾ ਦਾ ਸ਼ਿੰਗਾਰ ਕਰਕੇ ਭੋਗ ਲਗਾ ਕੇ ਆਰਤੀ ਕੀਤੀ ਜਾਂਦੀ ਅਤੇ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਜਾਂਦਾ ਹੈ। ਕਹਿੰਦੇ ਬਹੁਤ ਖਾਸ ਮਹੱਤਵ ਹੈ ਜੀ ਇਸ ਮਹੀਨੇ ਦਾ। ਹਾਂਜੀ ਹਾਂਜੀ, ਇਹ 40 ਦਿਨ ਚੱਲੇਗਾ, ਪਾਰਥੀ ਰੁਦਰਾਭਿਸ਼ੇਕ ਪੂਜਨ ਆਪਣਾ ਰੱਖੜੀ ਪੁੰਨਿਆ ਤੱਕ ਚੱਲੇਗਾ ਅਤੇ ਹੁਣ ਇਸ ਤੋਂ ਬਾਅਦ ਆਪਣਾ ਲੰਗਰ ਪ੍ਰਸ਼ਾਦ ਹੁਣ ਸ਼ੁਰੂ ਹੋ ਰਿਹਾ। ਉਸ ਤੋਂ ਬਾਅਦ ਖੀਰ ਪੂੜੇ ਦਾ ਪ੍ਰਸ਼ਾਦ ਇਸ ਸ਼ਾਮੀ ਰਾਤੀ 8 ਵਜੇ ਤੱਕ ਚੱਲੇਗਾ ਵਿੱਚ ਆ ਕੇ ਭਜਨ ਮੰਡਲੀ। ਅੱਜ ਦਰਸ਼ਨਾ ਜੀ ਨਹੀਂ ਹੈਗੇ ਅਤੇ ਉਹਨਾਂ ਦੀ ਜਗ੍ਹਾ 'ਤੇ ਰਾਜਨ ਉਹ ਆਪਣਾ ਵੈਸ਼ਨਵ ਉਹ ਅੱਜ ਠਾਕੁਰ ਜੀ ਦਾ ਗੁਣਗਾਨ ਕਰਨਗੇ 3-4 ਘੰਟੇ ਉਹ ਆਪਣਾ ਪੂਜਾ ਦਾ। ਬਹੁਤ ਵੱਡੀ ਗਿਣਤੀ ਵਿੱਚ ਸ਼ਿਵ ਭਗਤੀ ਪਹੁੰਚੇ ਹੋਏ ਨੇ, ਉਹਨਾਂ ਵਾਸਤੇ ਕੋਈ ਇੰਤਜ਼ਾਮ ਕੀਤੇ ਗਏ ਨੇ ਖਾਸ? ਹਾਂ, ਉਹਨਾਂ ਦੇ ਵਾਸਤੇ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਕੋਈ ਉਹਨਾਂ ਨੂੰ ਗਰਮੀ ਦੇ ਕਾਰਨ ਕੋਈ ਪਰੇਸ਼ਾਨੀ ਨਾ ਆਵੇ,
ਬਾਕੀ ਸਭ ਜਗ੍ਹਾ ਬੈਠ ਕੇ ਕਿਸੇ ਜਿੱਥੇ ਜਗ੍ਹਾ ਨੂੰ ਮਿਲਦੀ ਹੈ ਉੱਥੇ ਉਹ ਆਰਾਮ ਨਾਲ ਬੈਠ ਕੇ ਆਪਣਾ ਚੁਪਹਿਰਾ ਕਰ ਸਕਦੇ। ਜੈ ਭੋਲੇ ਬਾਬਾ, ਦੀਆਂ ਬਹੁਤ ਬਹੁਤ ਮੁਬਾਰਕਾਂ ਹੁਣ ਸਾਰੀ ਸੰਗਤ ਨੂੰ, ਔਰ ਸਾਰੀ ਸੰਗਤ ਬਹੁਤ ਖੁਸ਼ੀਆਂ ਮਨਾਉਂਦੀ ਹੋਈ ਆਪਣੇ ਵਰਤ ਸਪੂਰਨ ਕਰਦੀ ਹੋਈ ਅੱਜ ਸ਼ੰਕਰ ਭਗਵਾਨ ਜੀ ਦੇ ਦਰਬਾਰ 'ਤੇ ਆਈ ਹੈ। ਉਹ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਰਸ਼ ਹੈ, ਕਿੰਨਾ ਉਤਸ਼ਾਹ ਹੈ ਇਸ ਸਾਵਣ ਦਾ। ਉਸ ਤੋਂ ਪਹਿਲਾਂ ਮੈਂ ਬੋਬੀ ਸੇਠ ਅੰਮ੍ਰਿਤਸਰ ਸਾਰੇ ਸ਼ਿਵ ਭਗਤਾਂ ਨੂੰ ਸਾਵਣ ਦੇ ਮਹੀਨੇ ਦੀ ਪਹਿਲੇ ਸੋਮਵਾਰ ਦੇ ਲੱਖ ਲੱਖ ਵਧਾਈ ਦਿੰਦਾ ਵਾਂ, ਅਤੇ ਭੋਲੇ ਬਾਬਾ ਦੇ ਦਰਬਾਰ 'ਚ ਖੜ੍ਹਾ ਹੋ ਕੇ ਪੂਰੇ ਆਪਣੇ ਦੇਸ਼ ਦੀ ਆਪਣੇ ਪੂਰੇ ਆਪਣੇ ਭਗਤਾਂ ਦੇ ਸਮੂਹ ਪਰਿਵਾਰ ਦੀ ਸੁਭ ਸੁਖਨਾ ਮੰਗਦਾ ਵਾਂ ਕਿ ਖੁਸ਼ੀ ਰਹਿਣ। ਜੈ ਭੋਲੇਨਾਥ ਕੀ। ਕਿ ਇੱਥੇ ਜੋ ਮਨੋਕਾਮਨਾ ਕਰੋ ਪੂਰੀ ਹੁੰਦੀ ਹੈ। ਲੋਕ ਬਹੁਤ ਦੂਰੋਂ ਦੂਰੋਂ ਇੱਥੇ ਚੁਪਹਿਰਾ ਦੇਣ ਆਉਂਦੇ ਆ। ਸਾਵਣ ਦੇ ਮਹੀਨੇ ਪੰਜ ਸੋਮਵਾਰ ਲੋਕਾਂ ਨੇ ਚੁਪਹਿਰੇ ਦੇਣੇ ਆ। ਬਹੁਤ ਸਿੱਧ ਪੀਠ ਸਭ ਕੁਛ ਦੇ ਰਿਹਾ, ਉਹ ਸਭ ਕੁਛ ਉਹਨਾਂ ਦਿੱਤਾ ਹੋਇਆ ਹੈਗਾ ਜੀ। ਤਾਂ ਸਾਵਣ ਮਹੀਨੇ ਦੀ ਸ਼ੁਰੂਆਤ ਦੇ ਮੌਕੇ ਜਿਹੜਾ ਪਹਿਲਾ ਸੋਮਵਾਰ ਆਉਂਦਾ ਹੈ, ਉਸ ਦੌਰਾਨ ਸ਼ਿਵ ਭਗਤਾਂ ਦੀ ਜਿਹੜੀ ਇਹ ਭੀੜ ਹੈ ਉਹ ਸ਼ਿਵਾਲਿਆਂ ਵਿੱਚ ਜੁਟੀ ਹੋਈ ਵਿਖਾਈ ਦੇ ਰਹੀ ਹੈ। ਔਰ ਫਿਲਹਾਲ ਤੁਹਾਨੂੰ ਸ਼ਿਵਾਲਾ ਭਾਗ ਭਾਈਆਂ ਵਿਖੇ ਲੈ ਕੇ ਪਹੁੰਚੇ, ਜਿੱਥੇ ਕਿ ਹਜ਼ਾਰਾਂ ਸ਼ਿਵ ਭਗਤ ਇੱਥੇ ਭਗਵਾਨ ਭੋਲੇ ਬਾਬਾ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਨੇ। ਕਿਉਂਕਿ ਸਾਵਣ ਮਹੀਨਾ ਜਿਹੜਾ ਭਗਵਾਨ ਭੋਲੇ ਬਾਬਾ ਨੂੰ ਬਹੁਤ ਅਤਿ ਪ੍ਰਿਯ ਮਹੀਨਾ, ਔਰ ਇਸ ਮਹੀਨੇ ਕਹਿੰਦੇ ਜਿਹੜੇ ਸ਼ਿਵ ਭਗਤ ਭਗਵਾਨ ਭੋਲੇ ਬਾਬਾ ਦੀ ਆਰਾਧਨਾ ਕਰਦੇ ਨੇ ਉਹਨਾਂ ਨੂੰ ਇੱਕ ਸਾਲ ਜਿੰਨਾ ਫਲ ਜਿਹੜਾ ਕਿ ਇਸ ਮਹੀਨੇ ਵਿੱਚ ਪ੍ਰਾਪਤ ਹੁੰਦਾ ਭਗਵਾਨ ਭੋਲੇ ਬਾਬਾ ਦੀ ਪੂਜਾ ਕਰਨ ਵਾਸਤੇ। ਉਹ ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।